ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਡੇਰਾ ਬਾਬਾ ਨਾਨਕ ਦੀ ਗਰਾਊਂਡ ਦਾ ਹਾਲ ਵੇਖ ਲਓ ਅੱਜ ਤੁਸੀਂ। ਇਹ ਕਿਸੇ ਨੇ ਅੱਗ ਲਾਈ ਹੈ ਨਾੜ ਨੂੰ ਅਤੇ ਸਾਰੀ ਗਰਾਊਂਡ ਦਾ ਨੁਕਸਾਨ ਹੋ ਗਿਆ, ਸਾਰੀ ਹੈੱਜ ਵੀ ਸੜ ਗਈ ਆ ਅਤੇ ਦਰੱਖਤਾਂ ਨੂੰ ਵੀ ਅੱਗ ਲੱਗ ਗਈ ਹੈ। ਸਾਰਾ ਕੁਛ ਤਹਿਸ਼ ਨਹਿਸ਼ ਕਰਤਾ ਵਾ, ਕਿਸੇ ਨੂੰ ਮਾਸਾ ਤਰਸ ਨਹੀਂ ਆਇਆ ਵੀ ਇਹ ਸਾਡੀ ਇਲਾਕੇ ਦੀ ਵਿਰਾਸਤ ਆ, ਬੱਚੇ ਖੇਡਦੇ ਆ, ਲੋਕ ਸੈਰ ਕਰਦੇ ਨੇ, ਕਿੰਨੀ ਰੀਝ ਨਾਲ ਬੂਟੇ ਪਾਲੇ, ਵੱਡੇ ਕੀਤੇ, ਸਾਰਾ ਕੁਛ। ਪਰ ਇੱਕ ਮਿੰਟ ਤੋਂ ਪਹਿਲਾਂ ਸਾਰਾ ਤਹਿਸ਼ ਨਹਿਸ਼ ਕਰਕੇ ਅਤੇ ਸਾਰਾ ਖਤਮ ਕਰਤੀ ਸਾਰਾ ਕੁਛ ਗਰਾਊਂਡ ਦਾ, ਅਤੇ ਬੜਾ ਦੁੱਖ ਹੋਇਆ ਵਾ ਅਤੇ ਬੜੀ ਅਫਸੋਸ ਦੀ ਗੱਲ ਵਾ ਕਿ ਜਿਹਨੇ ਵੀ ਅੱਗ ਲਾਈ ਕੋਈ ਲੱਗ ਚਾਰ ਸਿਹਾੜ ਮਾਰ ਲੈਂਦਾ, ਕੋਈ ਗਾਂਹ ਤੱਕ ਅੱਗ ਹੀ ਨਾ ਜਾਂਦੀ। ਪਰ ਕਿਸੇ ਨੇ ਇੰਨੀ ਹਿੰਮਤ ਨਹੀਂ ਕੀਤੀ ਅਤੇ ਨਾ ਕਿਸੇ ਨੂੰ ਤਰਸ ਆਇਆ ਗਰਾਊਂਡ 'ਤੇ ਵੀ ਬੱਚੇ ਇੱਥੇ ਖੇਡਦੇ ਨੇ, ਇਲਾਕੇ ਦੀ ਵਿਰਾਸਤ ਵਾ। ਅਤੇ ਤੁਸੀਂ ਵੇਖ ਲਓ ਹਾਲ ਬੇੜਾ ਕਰ ਛੱਡਿਆ ਸਾਡੀ ਗਰਾਊਂਡ ਦਾ। ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਡੇਰਾ ਬਾਬਾ ਨਾਨਕ ਦੀ ਗਰਾਊਂਡ ਦਾ ਹਾਲ ਵੇਖ ਲਓ ਅੱਜ ਤੁਸੀਂ। ਇਹ ਕਿਸੇ ਨੇ ਅੱਗ ਲਾਈ ਹੈ ਨਾੜ ਨੂੰ ਅਤੇ ਸਾਰੀ ਗਰਾਊਂਡ ਦਾ ਨੁਕਸਾਨ ਹੋ ਗਿਆ, ਸਾਰੀ ਹੈੱਜ ਵੀ ਸੜ ਗਈ ਆ ਅਤੇ ਦਰੱਖਤਾਂ ਨੂੰ ਵੀ ਅੱਗ ਲੱਗ ਗਈ ਹੈ। ਸਾਰਾ ਕੁਛ ਤਹਿਸ਼ ਨਹਿਸ਼ ਕਰਤਾ ਵਾ, ਕਿਸੇ ਨੂੰ ਮਾਸਾ ਤਰਸ ਨਹੀਂ ਆਇਆ ਵੀ ਇਹ ਸਾਡੀ ਇਲਾਕੇ ਦੀ ਵਿਰਾਸਤ ਆ, ਬੱਚੇ ਖੇਡਦੇ ਆ, ਲੋਕ ਸੈਰ ਕਰਦੇ ਨੇ, ਕਿੰਨੀ ਰੀਝ ਨਾਲ ਬੂਟੇ ਪਾਲੇ, ਵੱਡੇ ਕੀਤੇ, ਸਾਰਾ ਕੁਛ। ਪਰ ਇੱਕ ਮਿੰਟ ਤੋਂ ਪਹਿਲਾਂ ਸਾਰਾ ਤਹਿਸ਼ ਨਹਿਸ਼ ਕਰਕੇ ਅਤੇ ਸਾਰਾ